ਅਸੀਂ 34-35 ਸਾਲ ਤੋਂ ਕਿਸਾਨੀ ਦੇ ਜਥੇਬੰਦੀ ਨਾਲ ਜੁੜੇ ਹੋਏ ਹਾਂ। ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਸੀ, ਹੁਣ ਮੈਂ 34-35 ਸਾਲ ਤੋਂ ਮੈਂ ਵੀ ਇਸ ਮਤਲਬ ਜਥੇਬੰਦੀ ਨਾਲ ਜੁੜਿਆ। ਜਿਹੜਾ 1967 ਦੇ ਵਿੱਚ ਸਰਕਾਰ ਨੇ ਪ੍ਰਾਈਸ ਇੰਡੈਕਸ ਬਣਾਇਆ ਹੈ, ਉਹਦੇ ਮੁਤਾਬਕ ਜੇ ਸਾਨੂੰ ਭਾਅ ਮਿਲਦਾ ਤਾਂ ਸਾਡੀ ਕਣਕ ਦਾ ਭਾਅ 7200 ਰੁਪਈਆ ਬਣਦਾ ਹੈ। ਦੇ ਰਹੇ ਸਾਨੂੰ 1800 ਰੁਪਈਆ, ਅੱਜ ਜੇ ਸਾਨੂੰ 7200 ਰੁਪਈਆ ਕੁਇੰਟਲ ਦਾ ਭਾਅ ਮਿਲ ਜਾਂਦਾ ਤਾਂ ਮੇਰਾ ਖਿਆਲ ਕੋਈ ਕਿਸਾਨ ਇਹੋ ਜਿਹਾ ਨਹੀਂ ਹੋਊਗਾ ਜਿਹਦੇ ਸਿਰ ਕਰਜ਼ਾ ਹੋਏਗਾ। ਜੇ ਕਰਜ਼ਾ ਨਹੀਂ ਹੋਏਗਾ ਤਾਂ ਉਹ ਆਤਮ ਹੱਤਿਆ ਵਾਲੇ ਪਾਸੇ ਨਹੀਂ ਜਾਊਗਾ। ਕਿਸਾਨੀ ਦੀ ਹਾਲਤ ਹੀ ਮਤਲਬ ਇਸ ਭਾਵਾਂ ਦੇ ਨਾਲ ਹੀ ਜੁੜੀ ਹੋਈ ਹੈ। ਮੇਰੀ 65 ਸਾਲ ਦੀ ਉਮਰ ਹੋ ਗਈ ਹੈ ਤਾਂ ਮੇਰੇ ਕੋਲ ਜਿਹੜਾ ਘਰ ਉਹ ਹੀ ਹੈ, ਮੈਂ ਨਾ ਤਾਂ ਕੋਈ ਮਰਲਾ ਵੇਚਿਆ ਅਤੇ ਨਾ ਮੈਂ ਕੋਈ ਮਰਲਾ ਖਰੀਦਿਆ। ਮੇਰੀ ਉਹੀ ਹਾਲਤ, ਤਾਂ ਕਰਕੇ ਸਾਡੇ ਘਰਦੇ ਸਾਨੂੰ ਭੇਜਦੇ ਹੈ ਕਿ ਜਾਓ ਲੜੋ ਸਰਕਾਰ ਦੇ ਨਾਲ ਲੜੋ ਤਾਂ ਕਿ ਸਾਡੇ ਸਾਨੂੰ ਹੱਕ ਮਿਲ ਜਾਣ ਤਾਂ ਅਸੀਂ ਵੀ ਆਪਦਾ ਕੋਈ ਚੰਗੀ ਜ਼ਿੰਦਗੀ ਜਿਉਂ ਸਕੀ। ਘਰ ਛੱਡਣ ਨੂੰ ਕਿਹਦਾ ਜੀ ਕਰਦਾ? ਘਰ ਪਰਿਵਾਰ 'ਚ ਕੋਈ ਨਹੀਂ ਕਿਸੇ ਦਾ ਜੀ ਕਰਦਾ ਕਿ ਮੈਂ ਆਪਦੇ, ਅਸੀਂ ਆਪਦੇ ਕਮਰਿਆਂ 'ਚ ਪੈਂਦੇ ਹਾਂ, ਇੱਥੇ ਅਸੀਂ ਠੰਡੀ ਹਵਾ ਵੀ ਹੈ, ਮੀਂਹ ਵੀ ਪੈਂਦਾ, ਮੌਸਮ ਖਰਾਬ ਹੁੰਦੇ ਹੈ, ਇਹ ਮਜਬੂਰੀਆਂ ਹੈ, ਸਾਡੀਆਂ ਮਜਬੂਰੀਆਂ ਹੈ, ਕੋਈ ਇੱਥੇ ਪੈਣਾ ਸ਼ੌਂਕ ਨਹੀਂ ਹੈ। ਦੇਖੋ ਇਹ ਤਾਂ ਕਿਸਾਨ ਜੇ ਜਿੰਨਾ ਚਿਰ ਹਲੇ ਜਾਗਿਆ ਨਹੀਂ, ਜਦੋਂ ਕਿਸਾਨ ਪੂਰਾ ਜਾਗ ਪਿਆ ਤਾਂ ਕਿਹੜੇ ਉਹ ਕਿਹੜਾ ਕੰਮ ਜਿਹੜਾ ਨਾ ਹੋਵੇ।